ਵੈਲਕਮ ਬੈਕ ਟੂ ਸਿਟੀ ਇਨਫੋ ਮੀਡੀਆ ਤੇ ਮੈਂ ਕਮਲ। ਦੋਸਤੋ, ਅਲੱਗ ਅਲੱਗ ਦੇਸ਼ਾਂ ਬਾਰੇ ਜਾਣਕਾਰੀ ਕੌਣ ਨਹੀਂ ਚਾਹੁੰਦਾ, ਪਰ ਜੇਕਰ ਤੁਸੀਂ ਕਿਸੇ ਬਾਹਰਲੀ ਕੰਟਰੀ ਵਿੱਚ ਜਾਂਦੇ ਹੋ ਤੇ ਤੁਹਾਨੂੰ ਇੰਡੀਆ ਬਾਰੇ ਪੁੱਛ ਲਿਆ ਜਾਵੇ ਤੇ ਤੁਹਾਨੂੰ ਕੁਝ ਨਾ ਪਤਾ ਹੋਵੇ ਤਾਂ ਕੀ ਹੋਵੇਗਾ? ਅਲੱਗ ਅਲੱਗ ਦੇਸ਼ਾਂ ਬਾਰੇ ਜਾਣਕਾਰੀ ਲੈਣਾ ਕੋਈ ਮਾੜੀ ਗੱਲ ਨਹੀਂ ਹੈ, ਬਟ ਤੁਹਾਨੂੰ ਆਪਣੀ ਕੰਟਰੀ ਬਾਰੇ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਇੰਡੀਆ ਦੀ ਹਿਸਟਰੀ ਬਹੁਤ ਵਿਸ਼ਾਲ ਤੇ ਬਹੁਤ ਪੁਰਾਣੀ ਹੈ ਤੇ ਇਸਦੇ ਬਾਰੇ ਸਾਰਾ ਕੁਝ ਜਾਣਨਾ ਬਹੁਤ ਮੁਸ਼ਕਿਲ ਕੰਮ ਹੈ, ਪਰ ਅਸੀਂ ਆਪਣੀ ਇਸ ਵੀਡੀਓ ਦੇ ਜ਼ਰੀਏ ਕੁਝ ਕੁ ਰੋਚਕ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਤੇ ਹੁਣ ਗੱਲ ਕਰਦੇ ਹਾਂ ਇੰਡੀਆ ਦੀ ਭਾਸ਼ਾਵਾਂ ਦੀ। ਤੇ ਜ਼ਿਆਦਾਤਰ 50-60 ਕਿਲੋਮੀਟਰ ਦਾਇਰੇ ਜਾਣ ਤੋਂ ਬਾਅਦ ਭਾਸ਼ਾ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜੀ ਥਾਂ ਤੇ ਜਾ ਕੇ ਭਾਸ਼ਾ ਬੋਲਣ ਅਤੇ ਸਮਝਣ ਵਿੱਚ ਅਕਸਰ ਦਿੱਕਤ ਆਉਂਦੀ ਹੈ। ਦੋਸਤੋ, ਆਮ ਦੇਸ਼ਾਂ ਦੇ ਵਿੱਚ 3 ਜਾਂ 4 ਭਾਸ਼ਾਵਾਂ ਹੀ ਬੋਲੀਆਂ ਜਾਂਦੀਆਂ ਹਨ। ਪੂਰੀ ਦੁਨੀਆਂ ਦੇ ਵਿੱਚ 8000 ਤੋਂ ਉੱਪਰ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਇਕੱਲੇ ਇੰਡੀਆ ਦੇ ਵਿੱਚ ਹੀ 1600 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਵਿੱਚੋਂ 122 ਭਾਸ਼ਾਵਾਂ ਨੂੰ ਪ੍ਰਮੁੱਖ ਦਾ ਦਰਜਾ ਦਿੱਤਾ ਗਿਆ ਹੈ ਅਤੇ 23 ਭਾਸ਼ਾਵਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਪ੍ਰਯੋਗ 10 ਲੱਖ ਤੋਂ ਉੱਪਰ ਲੋਕ ਕਰਦੇ ਹਨ। ਦੋਸਤੋ, ਭਾਰਤ ਦੇਸ਼ ਮਹਾਨ ਕਿਉਂ ਹੈ? ਇਸਦੇ ਤਾਂ ਬਹੁਤ ਸਾਰੇ ਕਾਰਨ ਹਨ। ਕਹਿਣ ਦਾ ਮਤਲਬ ਇਹ ਹੈ ਕਿ ਇਹ ਬਾਕੀ ਦੇਸ਼ਾਂ ਨਾਲੋਂ ਅਲੱਗ ਕਿਉਂ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਬਾਕੀ ਦੇਸ਼ਾਂ ਨਾਲੋਂ ਅਲੱਗ ਕਿਉਂ ਹੈ, ਕਿਉਂਕਿ ਭਾਰਤ ਦੇ 10,000 ਸਾਲ ਤੱਕ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਅਜਿਹਾ ਜ਼ਿਕਰ ਨਹੀਂ ਆਉਂਦਾ ਕਿ ਭਾਰਤ ਨੇ ਕਿਸੇ ਦੇਸ਼ ਦੇ ਉੱਤੇ ਪਹਿਲਾਂ ਹਮਲਾ ਕੀਤਾ ਹੋਵੇ। ਹਾਲਾਂਕਿ ਹੋਰ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਉੱਤੇ ਹਮਲਾ ਕੀਤਾ, ਇੱਥੇ ਦੀ ਜਨਤਾ ਦੇ ਉੱਤੇ ਜ਼ੁਲਮ ਵੀ ਕੀਤੇ, ਭਾਰਤ ਦੇਸ਼ ਨੂੰ ਲੁੱਟਿਆ ਵੀ, ਪਰ ਇਸਦਾ ਮਤਲਬ ਇਹ ਨਹੀਂ ਕਿ ਭਾਰਤ ਦੀ ਜਨਤਾ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ। ਬਹੁਤ ਸਾਰੇ ਯੋਧੇ ਸ਼ੂਰਵੀਰਾਂ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ। ਤੁਹਾਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਵੇਗਾ ਕਿ ਭਾਰਤੀ ਰੇਲ ਨੈੱਟਵਰਕ ਏਸ਼ੀਆ ਦਾ ਸਭ ਤੋਂ ਵੱਡਾ ਨੈੱਟਵਰਕ ਹੈ ਤੇ ਅਮਰੀਕਾ ਤੋਂ ਬਾਅਦ ਇਹ ਦੂਜੇ ਨੰਬਰ ਤੇ ਆਉਂਦਾ ਹੈ ਅਤੇ 16 ਲੱਖ ਤੋਂ ਵੱਧ ਇੰਪਲੋਏ ਭਾਰਤੀ ਰੇਲ ਨੈੱਟਵਰਕ ਦੇ ਨਾਲ ਜੁੜੇ ਹੋਏ ਹਨ। ਅਤੇ ਜੇਕਰ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਕ੍ਰਿਕਟ ਸਟੇਡੀਅਮ ਸਾਡੇ ਦੇਸ਼ ਵਿੱਚ ਹੀ ਮੌਜੂਦ ਹੈ ਜੋ ਕਿ ਅਹਿਮਦਾਬਾਦ ਵਿੱਚ ਸਥਿਤ ਹੈ, ਜਿਸ ਵਿੱਚ ਲਗਭਗ 1 ਲੱਖ ਲੋਕ ਇਕੱਠੇ ਖੇਡ ਦਾ ਆਨੰਦ ਮਾਣ ਸਕਦੇ ਹਨ। ਤੇ ਇਹ ਵੀ ਦੱਸ ਦੇਈਏ ਕਿ ਇਸ ਸਟੇਡੀਅਮ ਨੂੰ ਬਣਾਉਣ ਦੇ ਵਿੱਚ 700 ਕਰੋੜ ਦੀ ਲਾਗਤ ਆਈ ਸੀ ਤੇ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਸਟੇਡੀਅਮ ਹੋਣ ਦਾ ਮਾਣ ਆਸਟ੍ਰੇਲੀਆ ਕੋਲ ਸੀ।